ਇਹ ਕਰਨ ਹੋਣਾ ਤਾਂ ਕਰਦੇ ਤਾਂ ਤਸਵੀਰਾਂ ਤਾਂ ਤੁਸੀਂ ਦੇਖ ਲਈਆਂ ਕਿ ਕਿਵੇਂ ਹੋਲੀ ਮੌਕੇ ਵੱਡਾ ਕਾਂਡ ਹੋਇਆ। ਇਹ ਨੌਜਵਾਨ ਜਿਹੜੇ ਨੇ ਇਹ ਕੋਠਿਆਂ ਤੇ ਚੜ ਕੇ ਹਮਲਾ ਕਰ ਰਹੇ ਨੇ। ਦਰਅਸਲ ਕੁਝ ਦਿਨ ਪਹਿਲਾਂ ਦੋ ਪਰਿਵਾਰਾਂ ਦੀ ਯਾਨੀ ਕਿ ਦੋ ਗੁੱਟਾਂ ਦੀ ਲੜਾਈ ਹੋਈ ਸੀ, ਜਿਸ ਤੋਂ ਬਾਅਦ ਹੁਣ ਇੱਕ ਗੁੱਟ ਦੂਸਰੇ ਗੁੱਟ ਦੇ ਘਰ ਤੇ ਹਮਲਾ ਕਰਨ ਆਇਆ ਹੈ। ਨੌਜਵਾਨਾਂ ਦੀ ਗਿਣਤੀ ਨਹੀਂ ਹੋਣੀ ਤੁਹਾਡੇ ਕੋਲੋਂ, ਇੰਨੇ ਜ਼ਿਆਦਾ ਨੌਜਵਾਨ ਮੁੰਡਾ ਬਾਹਰੋਂ ਲੈ ਕੇ ਆਇਆ ਹੈ ਤੇ ਘਰ ਤੇ ਹਮਲਾ ਕੀਤਾ ਹੈ। ਤਾਂ ਦੇਖ ਸਕਦੇ ਹੋ ਲੁਧਿਆਣਾ ਦੀਆਂ ਇਹ ਤਸਵੀਰਾਂ, ਸੰਧੂ ਕਲੋਨੀ ਦੇ ਵਿੱਚ ਦੋ ਧਿਰਾਂ ਲੜੀਆਂ ਨੇ ਬੱਚਿਆਂ ਦੀ ਲੜਾਈ ਨੂੰ ਲੈ ਕੇ। ਇਹ ਪਹਿਲਾਂ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਵਿਵਾਦ ਇੰਨਾ ਜ਼ਿਆਦਾ ਭੱਖ ਗਿਆ ਕਿ ਐਡਾ ਵੱਡਾ ਕਾਂਡ ਹੋ ਗਿਆ ਹੈ। ਦੇਖੋ ਕਿਵੇਂ ਕੋਠਿਆਂ ਤੇ ਚੜ ਚੜ ਕੇ ਹਮਲਾ ਕਰ ਰਹੇ ਨੇ। ਲੜਾਈ 'ਚ ਕਈ ਗੱਡੀਆਂ ਨੁਕਸਾਨੀਆਂ ਗਈਆਂ, ਕਈ ਮੋਟਰਸਾਈਕਲ ਨੁਕਸਾਨੇ ਗਏ, ਕਈ ਲੋਕ ਜ਼ਖਮੀ ਹੋਏ ਨੇ। ਦੱਸ ਦਈਏ ਕਿ ਇਹ ਚਾਰ ਨਾਬਾਲਗ ਬੱਚੇ ਇਸ ਲੜਾਈ ਦੇ ਵਿੱਚ ਜ਼ਖਮੀ ਹੋਏ ਨੇ, ਕਿਉਂਕਿ ਜਿਹੜੇ ਲੜਨ ਆਏ ਸੀ ਉਹਨਾਂ ਦੀ ਉਮਰ 15 ਤੋਂ ਲੈ ਕੇ 22-23 ਸਾਲਾਂ ਦੇ ਵਿਚਕਾਰ ਸੀ। ਜ਼ਿਆਦਾ ਕੋਈ ਵੱਡਾ ਨੌਜਵਾਨ ਨਹੀਂ ਸੀ, ਇਹ ਘੱਟ ਉਮਰ ਦੇ ਨੌਜਵਾਨ ਲੜਨ ਆਏ ਸੀ। ਦੇਖੋ ਕਿਵੇਂ ਹੋਲੀ ਮੌਕੇ ਵੱਡਾ ਕਾਂਡ ਹੋਇਆ। ਇਸ ਸਥਿਤੀ ਨੂੰ ਸੰਭਾਲਣ ਦੇ ਲਈ ਪੁਲਿਸ ਜਿਹੜੀ ਹੈ ਵੱਡੀ ਗਿਣਤੀ 'ਚ ਪਹੁੰਚੀ ਹੈ। ਇਲਾਕੇ ਦੇ ਵਿੱਚ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ, ਕਿਉਂਕਿ ਵੱਡੀ ਲੜਾਈ ਹੋਈ ਹੈ। ਦੋ ਗੁੱਟ ਜਿਹੜੇ ਨੇ ਵੱਡੇ ਵੱਡੇ ਉਹ ਆਪਸ ਦੇ ਵਿੱਚ ਲੜੇ ਨੇ। ਦਰਅਸਲ ਇੱਕ ਨੌਜਵਾਨ ਦੀ ਲੜਾਈ ਹੁੰਦੀ ਹੈ, ਅੱਜ ਤੋਂ ਕੁਝ ਸਮੇਂ ਪਹਿਲਾਂ ਉਸ ਦਾ ਬਦਲਾ ਲੈਣ ਦੇ ਲਈ ਦੂਜੀ ਧਿਰ ਘੱਟੋ ਘੱਟ 30-40 ਮੁੰਡੇ ਲੈ ਕੇ ਆਉਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਮੁੰਡੇ ਨੇ ਕੋਠਿਆਂ 'ਤੇ ਚੜ ਕੇ, ਡਾਂਗਾ ਇਹਨਾਂ ਦੇ ਹੱਥਾਂ 'ਚ ਫੜੀਆਂ ਹੋਈਆਂ ਨੇ, ਇੱਟਾਂ ਵਰਸਾ ਰਹੇ ਨੇ, ਰੋੜੇ ਵਰਸਾ ਰਹੇ ਨੇ। ਤਾਂ ਸੰਧੂ ਕਲੋਨੀ ਦਾ ਇਹ ਮਾਮਲਾ ਹੈ। ਵੀਡੀਓ ਦੇਖੋ, ਹੈਰਾਨ ਹੋ ਜਾਓਗੇ ਵੀਡੀਓ ਦੇਖ ਕੇ। ਇੰਨੀ ਖਤਰਨਾਕ ਵੀਡੀਓ ਹੈ ਕਿ ਜਿਹੜੇ ਕਿ ਆਂਢੀ ਗੁਆਂਢੀ ਵੀ ਆਪਣੀ ਛੱਤਾਂ 'ਤੇ ਖੜਨ ਤੋਂ ਡਰ ਰਹੇ ਸੀ, ਕਿਉਂਕਿ ਇੱਟਾਂ ਰੋੜੇ ਅੰਨੇਵਾਹ ਚਲਾਏ ਜਾ ਰਹੇ ਸੀ ਅਤੇ ਜਿਹੜੇ ਨੌਜਵਾਨ ਨੇ ਕੰਧਾਂ ਟੱਪ ਟੱਪ ਕੇ, ਘਰਾਂ ਦੇ ਕੋਠੇ ਟੱਪ ਟੱਪ ਕੇ ਉਸ ਨੌਜਵਾਨ ਦੇ ਘਰ ਪਹੁੰਚੇ ਅਤੇ ਉਸਦਾ ਹਮਲਾ ਕਰ ਦਿੱਤਾ, ਉਸਦਾ ਸਿਰ ਪਾੜ ਦਿੱਤਾ। 8 ਟਾਂਕੇ ਆਏ ਨੇ ਮੁੰਡੇ ਦੇ ਸਿਰ 'ਚ। ਬਾਊ ਜੀ ਕਿਆ ਨਾਮ ਹੈ ਆਪਕਾ? ਮੁਹੰਮਦ ਸੁਲਤਾਨ। ਕੌਣ ਸੇ ਮਹੱਲੇ ਮੇ ਰਹਤੇ ਹੋ ਆਪ? ਸੰਧੂ ਕਲੋਨੀ। ਅੱਛਾ, ਜੋ ਗੁੰਡਾਗਰਦੀ ਕਾ ਨੰਗਾ ਨਾਚ ਹੋਇਆ, ਕਿਆ ਬਾਤ ਹੈ? ਬਾਤ ਹੁਆ ਥਾ, ਜੇ ਲੜਕਾ ਕਾ ਇੱਕ ਹਫ਼ਤਾ ਪਹਿਲੇ ਲੜਾਈ ਹੁਆ ਥਾ, ਤੋ ਫਿਰ ਅੱਜ ਉਹ ਲੋਕ ਆਇਆ, ਮੇਰਾ ਪਰਿਵਾਰ, ਮੇਰਾ ਲੜਕਾ ਗਿਆ ਸਮਝਾਣੇ, ਤੋ ਵਹੀਂ ਪਰਿਵਾਰ ਕੋ ਇੱਕ ਲੜਕਾ ਕੋ ਵਹੀਂ ਮਾਰ ਕੇ ਇਹ ਕਰ ਦਿਆ। ਉਹ ਲੜਕਾ ਆ ਗਿਆ ਹੋਸਪਿਟਲ, ਤੋ ਫਿਰ ਘਰ ਪੇ ਦੂਸਰਾ ਗੇਟ ਤੋੜ ਕੇ ਮੇਰੇ ਘਰ ਮੇ ਅੰਦਰ ਘੁਸ ਕੇ, ਤਬ ਘੁਸ ਕੇ ਮਾਰਾ। अच्छा, कितने बंदे फटड़ हुए आपके? बंदे कम तो 400 बंदा था। नहीं, आपके कितने बच्चे? बच्चे हमारा दो लड़का है, एक बगल वाला पड़ोसी का है, 6 नंबर गली का, और एक लड़का उसका क्या नाम है, दूसरे कॉलोनी का। अच्छा, टोटल 4 बच्चे फटड़ हुए। चार बच्चे बुरा तरीका से। कितने लोगों ने हमला किया था? कम तो 400 बंदा होगा। हथियार भी थे उनके पास? हाँ, हथियार सब लेके आया था। कोई वीडियो आई सामने? वीडियो किया है, बंदा कितनी वीडियो कर रहा था तो लोग को दबका मार रहा था। अच्छा, लड़ाई का कारण क्या था? लड़ाई का कारण ये लड़का को और एक मोहल्ले का लड़का को मारा था, इसलिए उसका मम्मी और इसका भाई बड़ा समझाने गया था कि क्या बात है, क्यों बंदा घर पे आया। बच्चों की लड़ाई थी? हाँ, बच्चे की लड़ाई में यही एक लड़का है, इसके बराबर एक और है, तो लोग को उठा के मारा था। तो आज 12 बजे आ गया गली में, घर घर घुस के देख रहा था तो ये लोग मिला नहीं, तो ये बड़ा लड़का और मेरा परिवार गया उसको समझाने, तो वहीं मारना चालू कर दिया। अच्छा, पुलिस मौके पर पहुंच गई थी? पुलिस तो हम ये नहीं कर सकते। अच्छा, अभी कार्रवाई की प्रशासन से क्या मांग है आपकी? मांग तो अभी भी लड़की को छोड़ा घर में, लूटमार फिर दोबारा आ गया। कार्रवाई की मांग करते हो आप? हाँ, कार्रवाई तो करना ही है। तो लड़के आप घर में पैसा था, आप पैसा लेके गया, क्या लेके गया घर में? अभी क्या मांग है पुलिस प्रशासन से? क्या मांग है? तो हम भाई न्याय तो मिलना चाहिए, घर में लूट मार करना, आप पैसा लेके जाना, ये करना, तो ये तो आईने आई है।
हमको तो न्याय मिलना ही चाहिए अभी। हाँ, न्याय तो मिलना चाहिए। सिविल अस्पताल में अभी अभी सिविल हॉस्पिटल में कितने बंदे एडमिट है आपके? अभी मेरा 4 बंदा है। चोटें कहाँ कहाँ पे लगी है? देख लो सर, में पूरा बुरा तरीका से एक लड़का को होश नहीं आ रहा, पानी चढ़ा हुआ है। तेज तरह तैयार थे। हाँ ओके जी, ओके दो ग्रुप ने लड़ाई हुई है, बाकी अभी वेरीफाई कर रहे हैं, सिचुएशन अंडर कंट्रोल है। ਇਹ ਦੋ ਗਰੁੱਪ ਲੜੇ ਆ ਜੀ। ਲੇਕਿਨ ਗਰੁੱਪ ਲੜੇ ਨੇ ਕਿਹਾ ਜਾ ਰਿਹਾ ਕਿ ਮਸਜਿਦ ਦੇ ਬਾਹਰ ਵੀ ਤਲਵਾੜਾ ਮਾਰੀ ਨਹੀਂ ਨਹੀਂ ਦੂਜਾ ਪਾਰਟੀ ਕਹਿ ਰਹੀ ਕਿ ਸਾਡੇ ਘਰ ਦੇ ਜਾ ਕੇ ਹਮਲਾ ਕੀਤਾ ਗਿਆ। ਅਸੀਂ ਵੈਰੀਫਾਈ ਕਰ ਰਹੇ ਹਾਂ ਗੱਲ ਇਹ। ਫਿਲਹਾਲ ਕੋਈ ਮਸਜਿਦ ਜਾਂ ਮੰਦਰ ਵਾਲਾ ਇਸ਼ੂ ਨਹੀਂ ਹੈ, ਇਹ ਲੜਾਈ ਹੋਈ ਹੈ ਸ਼ਾਮ ਦੇ ਟਾਈਮ। ਤੁਹਾਡੇ ਕੋਲ ਕੀ ਸਿਰ ਦਰਖਾਸਤ ਹੈ ਜੀ? ਮੇਰੇ ਕੋਲ ਕੋਈ ਨਹੀਂ ਹਜੇ ਆਇਆ ਜੀ, ਹੁਣ ਪਾਰਟੀ ਲਾਉਣਗੇ ਆ, ਆਪਣੀ ਵਰਜਨ ਦੇਣਗੇ, ਫਿਰ ਤੁਹਾਨੂੰ ਮੈਂ ਬੈਠ ਦੂੰਗਾ। ਤੇ ਲਾਅ ਆਰਡਰ ਮੇਨਟੇਨ ਕੀਤਾ? ਬਿਲਕੁਲ ਮੇਨਟੇਨਡ ਹੈ ਜੀ, ਸ਼ਾਂਤੀ ਹੈ। ਜੋ ਲੋਕ ਜਿਹੜੇ ਨੇ ਖਰਾਬ ਕਰਦੇ ਨੇ, ਜੋ ਜਿਨ੍ਹਾਂ 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 ਦੀ ਸੱਟਾਂ ਵੱਜੀਆਂ ਗਈਆਂ, ਉਹਦੇ ਸਟੇਟਮੈਂਟ ਲਵਾਂਗੇ ਤੇ ਅਕੋਰਡਿੰਗਲੀ ਜੋ ਬਣਦੀ ਕਾਰਵਾਈ ਉਹ ਕਰਾਂਗੇ। ਬਿਲਕੁਲ ਬਹੁਤ ਸ਼ੁਕਰੀਆ ਸਰ, ਸੰਜੀਵ ਜੀ ਸੀਗੇ। ਓਕੇ, ਤਾਂ ਕਰੀਏ ਸਰ, ਕੀ ਮੈਟਰ ਹੈ ਜੀ, ਕੀ ਗੱਲਬਾਤ ਹੋਈ ਉੱਥੇ? ਕਹਿੰਦੇ ਕਾਫੀ ਜਿਹੜਾ ਮਾਹੌਲ ਹੈ ਤਣਾਅਪੂਰਨ ਹੋ ਗਿਆ ਜੀ। ਜੋ ਇਨਫੋਰਮੇਸ਼ਨ ਹੈ ਜੀ, ਉੱਥੇ ਦੋਵਾਂ ਪਾਰਟੀਆਂ ਸੀਗੀਆਂ, ਉਹਨਾਂ ਦੇ ਬੱਚਿਆਂ ਦੇ ਵਿੱਚ ਹੋਇਆ ਇਹ ਝਗੜਾ, ਜੰਗੇ ਜੀ ਸੀਗੇ ਕੁਛ। ਉਹ ਇੱਕ ਪਾਰਟੀ ਦੇ ਸੱਟਾਂ ਹੈਗੀਆਂ, ਉਹ ਥਾਣੇ ਆਏ, ਇੱਥੇ ਸਿਵਲ ਹਸਪਤਾਲ ਦਾਖਲ ਹੋਈ ਹੈ, ਅਤੇ ਦੇਖਦੇ ਹਾਂ ਜੀ ਜੋ ਵੀ ਬਣਦਾ ਹੋਇਆ ਕਾਰਵਾਈ ਮੰਚ ਕੀਤੀ ਲਿਆਉਂਦੀ ਜਾਊਗੀ। ਅੱਛਾ ਜੀ, ਅਤੇ ਸਰ ਕਿੰਨੇ ਬੰਦੇ ਜਿਹੜੇ ਫੱਟੜ ਹੋਏ ਨੇ? 4 ਬੰਦੇ ਦਾਖਲ ਹੈ ਜੀ ਇੱਥੇ। ਅਤੇ ਸਰ ਲੜਾਈ ਦਾ ਕਾਰਨ ਕੀ ਰਿਹਾ ਜੀ? ਚੱਲ ਰਹੀ ਹੈ ਜੀ ਹਜੇ, ਇਨਕੁਆਇਰੀ ਚੱਲਦੀ ਹੈ, ਵੈਰੀਫਾਈ ਕਰ ਰਹੇ ਹਾਂ ਕੀ ਕਾਰਨ। ਅਤੇ ਸਰ ਦੱਸਿਆ ਜਾ ਰਿਹਾ ਕਿ ਕੋਈ ਡੈਥ ਵਗੈਰਾ ਵੀ ਹੋਈ ਜੀ? ਨਹੀਂ। ਓਕੇ, ਫੱਟੜ ਹੋਏ 4 ਬੰਦੇ? ਹਾਂਜੀ। ਓਕੇ ਸਰ, ਕੀ ਕਾਰਵਾਈ ਕੀਤੀ ਗਈ ਜੀ ਇਹ ਕੋਈ? ਹਜੇ ਹੁਣੀ ਇਨਫੋਰਮੇਸ਼ਨ ਆਈ ਹੈ ਜੀ, ਕਰ ਰਹੇ ਕਾਰਵਾਈ ਜੋ ਵੀ ਹੋਏਗਾ। ਅਤੇ ਸਰ ਕੋਈ ਸੀ ਸੀ ਟੀ ਵੀ ਵਗੈਰਾ ਸਾਹਮਣੇ ਆਈ ਹੈ? ਇਹ ਹਜੇ ਚੈੱਕ ਕਰ ਰਹੇ ਹਾਂ ਜੀ ਜਸਟ। ਓਕੇ, ਥੈਂਕ ਯੂ।